ਪਾਸੇ ਜਿੱਥੇ ਪੂਰੇ ਮੁਲਕ ਦੇ ਵਿੱਚ ਨੌਜਵਾਨ ਤੇ ਹਰ ਵਰਗ ਬੇਰੋਜ਼ਗਾਰੀ ਦੀ ਮਾਰ ਨਾਲ ਜੂਝ ਰਿਹਾ ਹੈ ਤੇ ਦੂਜੇ ਪਾਸੇ ਲਹਿਰਾ ਗਾਗਾ ਦੇ ਪਿੰਡ ਕੜੇਲ ਦੀਆਂ ਤਿੰਨ ਔਰਤਾਂ ਨੇ ਇੱਕ ਗਰੁੱਪ ਬਣਾ ਕੇ ਆਪਣੇ ਘਰ ਦੇ ਵਿੱਚ ਹੀ ਕੰਮ ਸ਼ੁਰੂ ਕਰ ਦਿੱਤਾ ਤੇ ਹੁਣ ਹਰ ਪਾਸੇ ਇਹਨਾਂ ਦੀ ਵੱਲੋਂ ਸ਼ੁਰੂ ਕੀਤੀ ਗਈ ਫੈਕਟਰੀ ਦੀ ਚਰਚਾ ਜਾਰੀ ਹੈ। दस दईए कि इस छोटी दी फैक्ट्री दे विच तेल कढ़न दी मशीन लगाई गई है ते होर भी मसाले इत्थे कुट्टे जांदे हन ते इस दे नाल नाल कईआं होर भी औरतां नूं रोजगार दे साधन इत्थे बन गए हन ते इन्हां औरतां नूं जिथे अपने आप ते गर्व महसूस हो रहा है ते नाल ही कमाई दा साधन भी इन्हां ने ਹੋਰਾਂ ਲਈ ਵੀ ਤਿਆਰ ਕਰ ਦਿੱਤਾ ਹੈ ਜਿਸ ਕਰਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਇਹ ਮਹਿਲਾਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤਕਰੀਬਨ ਸਾਨੂੰ 2 ਸਾਲ ਹੋ ਗਏ ਨੇ ਸੈਲਫ ਹੈਲਪ ਗਰੁੱਪਾਂ ਨਾਲ ਜੁੜੇ ਹੋਏ। ਜਦੋਂ ਤੋਂ ਅਸੀਂ ਇਸ ਗਰੁੱਪਾਂ ਨਾਲ ਜੁੜੇ ਹੋਏ ਹਾਂ ਸਾਨੂੰ ਆਪਣੇ ਸਟਾਫ ਵੱਲੋਂ ਸਰਕਾਰ ਵੱਲੋਂ ਬਹੁਤ ਸਹੂਲਤਾਂ ਮਿਲ ਰਹੀਆਂ ਨੇ ਜਿਸ ਕਰਕੇ ਪਹਿਲਾਂ ਅਸੀਂ ਤੇਲ ਵਾਲੀ ਮਸ਼ੀਨ ਲਵਾਈ ਉੱਥੇ ਸਾਨੂੰ ਕਾਫੀ ਪ੍ਰੋਫਿਟ ਲੱਗਾ। ਉਸ ਤੋਂ ਬਾਅਦ ਅਸੀਂ ਮਸਾਲਿਆਂ ਵਾਲੀ ਹੁਣ ਮਸ਼ੀਨ ਲਾ ਰਹੀ ਹੈ ਉੱਥੇ ਸਾਨੂੰ ਵਧੀਆ ਪ੍ਰੋਫਿਟ ਹੋ ਰਿਹਾ। ਕਿੱਦਾਂ ਮਾਣ ਮਹਿਸੂਸ ਕਰਦੇ ਜੀ? ਬਹੁਤ ਚੰਗਾ ਲੱਗਦਾ ਕਿ ਹਾਂ ਵੀ ਘਰ ਦਾ ਤਾਂ ਕੰਮ ਹਰ ਕੋਈ ਕਰਦਾ, ਆਪਣੇ ਹਸਬੰਡ ਦੇ ਨਾਲ ਬਰਾਬਰ ਕੰਮ ਕਰੀਦਾ। ਠੀਕ ਹੈ ਨਾ, ਇਹਦੇ ਵਿੱਚ ਕੋਈ ਉਹਦੇ ਵਾਲੀ ਗੱਲ ਨਹੀਂ ਹੈਗੀ ਕਿ ਕੋਈ ਕਹੇ ਕਿ ਹਾਂ ਵੀ ਇਹ ਨਹੀਂ ਹੈ। ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਹਾਂ ਵੀ ਅਸੀਂ ਆਪਣੇ ਹਸਬੰਡ ਨਾਲ ਪੂਰਾ ਬਰਾਬਰ ਕੰਮ ਕਰਨੇ ਹਾਂ, ਕਿਸੇ ਗੱਲ ਦੀ ਕੋਈ ਕਮੀ ਨਹੀਂ ਆਉਂਦੀ ਹੈ। ਹੋਰ ਮਹਿਲਾਵਾਂ ਨੂੰ ਕੀ ਪ੍ਰੇਰਨਾ ਮਿਲਦੀ ਹੈ? ਇਹ ਆਉਂਦੇ ਹਾਂ ਕਿ ਘਰ ਦਾ ਕੰਮ ਤਾਂ ਸਾਰੇ ਹੀ ਕਰਦੇ ਨੇ, ਜੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਇਹ ਕਰ ਰਹੀਏ ਇਹ ਕਰੀਏ, ਆਪਾਂ ਸਭ ਕੁਝ ਕਰ ਸਕਦੇ ਹਾਂ ਜੇ ਆਪਾਂ ਚਾਹੀਏ ਤਾਂ। ਮੇਰੀ ਖਾਹਿਸ਼ ਸੀ ਕਿ ਹਾਂ ਵੀ ਜੇ ਮੇਰੇ ਹਸਬੈਂਡ ਕੰਮ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦੀ, ਅਤੇ ਉਹਨਾਂ ਦੇ ਨਾਲ ਬਰਾਬਰ ਕਰਦੀ ਹਾਂ ਕੰਮ, ਕੋਈ ਦਿੱਕਤ ਨਹੀਂ ਆਉਂਦੀ। ਬਹੁਤ ਵਧੀਆ ਲੱਗਦਾ ਹੈ। ਜਦੋਂ ਅਸੀਂ ਪਹਿਲੇ ਟਾਈਮ ਕੰਮ ਸਟਾਰਟ ਕੀਤਾ ਸੀ ਸਾਨੂੰ ਬਹੁਤ ਇੱਕ ਡਰ ਲੱਗਦਾ ਸੀ, ਬਟ ਸਾਨੂੰ ਸਾਡੇ ਸਟਾਫ ਵੱਲੋਂ ਇੰਨੀ ਜ਼ਿਆਦਾ ਹੈਲਪ ਮਿਲੀ, ਉਹਨਾਂ ਨੇ ਸਾਨੂੰ ਇੰਨਾ ਮਾਣ ਸਨਮਾਨ ਦਿੱਤਾ, ਹੌਸਲਾ ਦਿੱਤਾ। ਬਟ ਅੱਜ ਅਸੀਂ ਜੋ ਕਰ ਰਹੇ ਹਾਂ ਸਾਨੂੰ ਇਸ ਉਮੀਦ ਨਹੀਂ ਸੀ ਹੈਗੀ ਪਹਿਲਾਂ ਕਿ ਅਸੀਂ ਕਦੀ ਇਹੋ ਜਿਹੀ ਚੀਜ਼ ਜਾਂ ਟੀ ਵੀ ਚੈਨਲ 'ਤੇ ਆਵਾਂਗੇ ਜਾਂ DC ਸਰ ਸਾਡੇ ਕੋਲ ਆਏ, ਠੀਕ ਹੈ, ਕਦੀ ਅਸੀਂ DC ਸਰ ਨੂੰ ਦੇਖਾਂਗੇ। ਪਰ ਜੋ ਕੁਛ ਵੀ ਹੋਇਆ ਸੈਲਫ ਹੈਲਪ ਗਰੁੱਪਾਂ ਦੇ ਨਾਲ ਜੁੜਨ ਕਰਕੇ ਹੋਇਆ, ਜੋ ਸਾਡੇ ਅੰਦਰ ਇੱਕ ਹੌਸਲਾ ਨਹੀਂ ਸੀ, ਮੰਨ ਲਓ ਸਾਡੇ ਅੰਦਰ ਇੱਕ ਡਰ ਸੀ, ਉਹ ਨਿਕਲ ਗਿਆ, ਜੋ ਕਿ ਅਸੀਂ ਬਾਹਰ ਵੀ ਪਿੰਡਾਂ 'ਚ ਜਾ ਕੇ ਅਤੇ ਹਰ ਇੱਕ ਮਹਿਲਾਵਾਂ ਨੂੰ ਆਪਣੇ ਕੰਮ ਬਾਰੇ, ਆਪਣੇ ਮਾਣ ਦਾ, ਆਪਣੇ ਜੋ ਵੀ ਅਸੀਂ ਅੱਗੇ ਆ ਗਏ ਉਸ ਬਾਰੇ ਅਸੀਂ ਉਹਨਾਂ ਨੂੰ ਜਾਗਰੂਕ ਕਰਨੇ ਹਾਂ। ਮਹਿਲਾਵਾਂ ਅੱਜ ਕੱਲ੍ਹ ਬਹੁਤ ਤਰੱਕੀ ਕਰ ਚੁੱਕੀਆਂ ਨੇ ਅਤੇ ਬਹੁਤ ਮਿਹਨਤੀ ਨੇ ਅਤੇ ਕਿਸੇ ਤੋਂ ਘੱਟ ਨਹੀਂ ਹੈਗੀਆਂ। ਅਤੇ ਜਿਵੇਂ ਕਿ ਹੁਣ ਪਿੱਛੇ ਪੰਜਾਬ ਸਰਕਾਰ ਨੇ ਹੈਲਪ ਸੈਲਫ ਗਰੁੱਪ ਬਣਵਾਏ ਸੀ ਪਿੰਡਾਂ ਦੇ ਵਿੱਚ, ਇੱਕ ਚਲਾਏ ਹੋਏ ਆ, ਅਤੇ ਉਹ ਸਾਡੇ ਪਿੰਡ ਦੇ ਵਿੱਚ ਵੀ ਬਣੇ ਹੋਏ ਆ ਲਗਭਗ 10 ਗਰੁੱਪ। ਇਹ ਮਹਿਲਾਵਾਂ ਸਾਡੇ ਪਿੰਡ ਦੀਆਂ ਬਹੁਤ ਮਿਹਨਤੀ ਨੇ, ਇਹਨਾਂ ਨੇ ਆਪਣਾ ਜੋ ਕਾਫੀ ਰੁਜ਼ਗਾਰ ਤੋਰਿਆ ਹੋਇਆ ਅਲੱਗ ਅਲੱਗ, ਜਿਵੇਂ ਕਿ ਇੱਕ ਮਸ਼ੀਨਾਂ ਵੀ ਲਾਈਆਂ ਹੋਈਆਂ ਨੇ ਹੁਣ ਪਿੱਛੇ ਲਾਈਆਂ ਨੇ, ਅਤੇ ਉਹ ਤੋਂ ਪਹਿਲਾਂ ਜਿਵੇਂ ਕੋਈ ਹੋਰ ਕਢਾਈ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਕੰਮ, ਇਹ ਸਾਰਾ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ। ਹੋਰ ਸਰਪੰਚਾਂ ਨੂੰ ਵੀ ਇਹੀ ਸਲਾਹ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਹੈਲਪ ਗਰੁੱਪ ਬਣਾਉਣ ਅਤੇ ਮਹਿਲਾਵਾਂ ਨੂੰ ਸਹਿਯੋਗ ਦੇਣ ਕਿ ਵੱਧ ਤੋਂ ਵੱਧ ਕੰਮ ਕਰ ਸਕਣ। ਦੱਸ ਦਈਏ ਕਿ ਇੱਕ ਪਾਸੇ ਜਿੱਥੇ ਕੋਰੋਨਾ ਦੀ ਮਾਰ ਤੋਂ ਬਾਅਦ ਲਗਾਤਾਰ ਲੋਕ ਰੋਜ਼ਗਾਰ ਦੇ ਰਾਹ ਤੇ ਸਾਧਨ ਅਜੇ ਵੀ ਲੱਭ ਰਹੇ ਹਨ, ਉੱਥੇ ਹੁਣ ਇਹਨਾਂ ਔਰਤਾਂ ਵੱਲੋਂ ਆਪ ਦੀ ਮਸ਼ੀਨ ਲਗਾ ਕੇ ਜਿੱਥੇ ਰੋਜ਼ਗਾਰ ਦੇ ਸਾਧਨ ਬਣਾ ਦਿੱਤੇ ਗਏ ਹਨ ਤੇ ਦੂਜੇ ਪਾਸੇ ਇਹਨਾਂ ਦੀ ਕਮਾਈ ਨੂੰ ਵੇਖ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਵੀ ਇਹਨਾਂ ਦੀ ਖੂਬ ਚਰਚਾ ਹੋ ਰਹੀ ਹੈ। ਜਗਬਾਣੀ TV ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।